ਓਏ ਓਏ ਸ਼ਾਨ ਗਾਣਾ ਸੁਣਾਇਆ ਜੀ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤੁਹਾਡਾ ਆਪਦਾ ਮੇਜ਼ਬਾਨ ਹਮਾਦ ਅਲੀ ਔਰ ਤੁਸੀਂ ਮੇਰਾ ਯੂਟਿਊਬ ਚੈਨਲ ਦੇਖ ਰਹੇ ਹੋ ਹਮਾਦ ਟੀਵੀ। ਨਾਜ਼ਰੀਨ, ਅੱਜ 12 ਦਾ ਟਾਈਮ ਹੈ ਅਤੇ ਜੁਮੇਰਾਤ ਦਾ ਦਿਨ ਹੈ ਅਤੇ ਅਸੀਂ ਦੁਪਹਿਰੇ ਪੱਠੇ ਵੱਢਣ ਆਏ ਹਾਂ ਕਿਉਂਕਿ ਅਸੀਂ ਕਿਤੇ ਦਿਹਾੜੀ 'ਤੇ ਗਏ ਹੋਏ ਹਾਂ ਕਿ ਦਿਹਾੜੀ 'ਤੇ ਕੀ ਕੰਮ ਕਾਰੋਬਾਰ 'ਤੇ ਗਏ ਹਾਂ, ਅਸੀਂ ਬਿਜ਼ਨਸ ਮੈਨ ਆ ਵੱਡੇ। ਅਤੇ ਆਹ ਨਾਲ ਮੇਰਾ ਪਾਰਟਨਰ ਐਂ ਅਲੀ ਸਨੈਨ ਜੱਗਾ, ਅਤੇ ਇਸ ਟਾਈਮ ਅਸੀਂ ਦੁਪਹਿਰੇ ਪੱਠੇ ਵੜ ਰਹੇ ਹਾਂ ਅਤੇ ਇਹ ਉਹ ਦੇਖੋ ਸਦਾ ਬਾਹਰ ਖੜੀ, ਇਹ ਪੱਠੇ ਉੱਥੇ ਚੋਰੀ ਵੜਦਾ ਪਿਆ, ਇਹਨੂੰ ਮੈਂ ਰੰਗੇ ਹੱਥੋਂ ਵੱਧਿਆ ਅਤੇ ਹੁਣ ਅਮਰੂਦ ਵਹਾਉਂਦਾ ਪਿਆ। ਅਲੀ ਸਨੈਨ ਬਾਈ, ਤੁਸੀਂ ਪੱਠੇ ਵੱਢੇ ਨੇ ਅਤੇ ਤੁਸੀਂ ਦੱਸੋ ਚੋਰੀ ਪੱਠੇ ਕਿਉਂ ਵੱਢੇ ਨੇ? ਆਹ ਵੇਖੋ ਇੱਕ ਹੋਰ ਚੋਰ, ਉਹ ਬਿੱਲਾ ਚੈੱਕ ਕਰੋ ਬਿੱਲਾ। ਯੂਟਿਊਬ 'ਤੇ ਰੋਜ਼ ਇਨਸ਼ਾਅੱਲਾ ਵੀਡੀਓ ਹੈਗੀ, ਅਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਿਆਦਾ ਕਰਿਆ ਕਰੋ, ਕਮੈਂਟ ਵੀ ਕਰਿਆ ਕਰੋ, ਮੇਰੇ ਚੈਨਲ ਸਬਸਕ੍ਰਾਈਬ ਵੀ ਕਰਿਆ ਕਰੋ। ਅਤੇ ਇਸ ਟਾਈਮ ਆਪ ਦੇਖੋ ਪੱਠੇ ਲੱਦੇ ਗਏ ਨੇ, ਬਸ ਥੋੜ੍ਹੇ ਜਿਹੇ ਪੱਠੇ ਰਹਿ ਗਏ ਨੇ ਅਤੇ ਲੱਦ ਕੇ ਅਸੀਂ ਘਰਾਂ ਨੂੰ ਨਿਕਲਣ ਲੱਗੇ। ਆਹ ਦੇਖੋ ਇਹਨੇ ਚੱਗਾ ਲਾ ਲਿਆ, ਗਰਮੀ ਬੜੀ ਹੈ, 12 ਵੱਜ ਗਏ ਨੇ ਅਤੇ ਗਰਮੀ ਨਾਲ ਮੱਤ ਵੱਜ ਗਈ ਅਲੀ ਸਨੈਨ ਸਾਹਿਬ ਦੀ। ਆਹ ਤੁਸੀਂ ਦੇਖ ਸਕਦੇ ਪੱਠਿਆਂ ਦੇ ਨਜ਼ਾਰੇ, ਪੰਜਾਬ ਦਾ ਇਲਾਕਾ ਬਹੁਤ ਜ਼ਿਆਦਾ ਖੂਬਸੂਰਤ ਹੈ। ਆਹ ਦੇਖੋ ਦੁਨੀਆ ਦਾ ਆਖਰੀ ਅਕਲਮੰਦ ਇਨਸਾਨ ਜਾ ਰਿਹਾ ਹੈ। ਆਹ ਦੇਖ ਬਿੱਲਾ ਉਧਰੋਂ ਤੱਤਾ ਹੋਇਆ ਵਾ, ਮੈਨੂੰ ਉਹਦਾ ਪੱਠੇ ਲੱਦ, ਮੈਂ ਆਖਾਂ ਮੈਂ ਯੂਟਿਊਬ ਵਾਸਤੇ ਆਪਦੀ ਵੀਡੀਓ ਬਣਾਉਂਦਾ ਪਿਆ ਅਤੇ ਮੈਂ ਉਹ ਬਣਾ ਲਵਾਂ ਅਤੇ ਅੱਗੋਂ ਲੜਦਾ ਪਿਆ। ਗਰਮੀ ਹੈ, 12 ਵੱਜ ਚੁੱਕੇ ਨੇ ਅਤੇ ਅਲੀ ਸਨੈਨ ਸਾਹਿਬ ਅੱਜ ਲੋਡਰ ਚਲਾਉਣਗੇ ਅਤੇ ਜਾਂ ਤਾਂ ਅੱਜ ਮੁੜ ਘਰ ਪੜ ਜਾਸਾਂ, ਜੇ ਮੁੜ ਜਾਣ ਯਾਲ ਹੀ ਮੁੜ ਵੀਡੀਓ ਚੜ੍ਹ ਜਾਸੀ, ਨਹੀਂ ਤਾਂ ਮੁੜ ਕੁਛ ਤਾਂ ਕਰ ਸਕਦਾ। ਅਲੀ ਸਨੈਨ ਸਾਹਿਬ ਕਿਦੋਂ ਦਾ ਵਾਲ ਸਿੱਖਿਆ, ਕਿਦੋਂ ਸਿੱਖੋ ਜੋ ਹੁਣ ਸਿੱਖਿਆ, ਅੱਜ ਚਲਾਓ ਜੋ ਕਿ ਅੱਗੇ ਵੀ ਚਲਾਉਂਦੇ ਰਹੇ, ਮਾਰ ਸੱਟਣਾ ਸਾਰਿਆਂ ਨੂੰ। ਲੈ ਵੀ ਅਲੀ ਸਨੈਨ ਕਹਿੰਦੇ ਨੇ ਵੀ ਅੱਜ ਪਹਿਲੀ ਵਾਰੀ ਆ ਵੇਖੋ ਲੋਡਰ ਚਲਾਉਣਾ ਹੈ ਅਤੇ ਡਰਾਈਵਰ ਸਾਹਿਬ ਆਏ ਨੇ, ਹੈ ਤਾਂ ਤੂੰ ਮੇਰੇ ਜਿਹੜਾ ਡਰਾਈਵਰ ਹੈ ਵੀ ਤੈਨੂੰ ਬ੍ਰੇਕ ਤਾਂ ਨਹੀਂ ਪਤਾ ਬ੍ਰੇਕ ਹੈਗੀ ਕਿ ਨਹੀਂ ਹੈਗੀ। ਅਲੀ ਸਨੈਨ ਅਮਕੋ ਆਖਰ ਸ਼ੇਰ ਸੁਣਾਓ ਬਾਬਾ ਜੀ, ਸ਼ੇਰ ਸੁਣਾਓ ਸ਼ੇਰ। ਲਓ ਜੀ ਉਹ ਕਹਿ ਰਹੇ ਮੈਨੂੰ ਸ਼ੇਰ ਹੀ ਨਹੀਂ ਆਉਂਦਾ, ਮੇਰੇ ਕੋਲ ਸੁਣ ਲਓ। ਨਹੀਂ ਜੀ ਮੈਂ ਸੁਣਾਉਂਦਾ ਤਾਂ ਮੈਂ ਤੁਹਾਨੂੰ ਵਹਾਉਂਦਾ ਵੀ ਸਾਨੂੰ ਸੁਣਾਏਗਾ ਸ਼ੇਰ ਰਾ ਪੂਰਾ ਸ਼ਾਨ ਅਲੀ ਸ਼ੇਰ ਸੁਣਾ ਸ਼ਾਨ। ਸ਼ਾਨ ਰੁੱਸ ਪਿਆ, 12 ਵੱਜ ਗਿਆ ਅਤੇ ਸ਼ਾਨ ਕੋ ਮੈਂ ਧੁੱਪੇ ਪੱਠੇ ਵੜਾਏ, ਸ਼ਾਨ ਰੁੱਸ ਪਿਆ, ਸ਼ਾਨ ਨਾ ਰੁੱਸਿਆ ਕਰ ਕਰ ਮੇਰੀ ਜਾਨ ਸੱਜਣਾ, ਨਾ ਰੁੱਸਿਆ ਕਰ ਮੇਰੀ ਜਾਨ ਸੱਜਣਾ। ਸ਼ਾਨ ਅਲੀ ਬਹੁ ਨਾਰਾਜ਼ ਹੋ ਗਿਆ ਨੇ ਮੇਥੋਂ, ਕਿਉਂ ਸ਼ਾਨ ਅਲੀ? ਸ਼ਾਨ ਇੱਦਾਂ ਮੂੰਹ ਵਿਖਾ ਵੀਡੀਓ 'ਚ, ਸ਼ਾਨ ਆ ਤੈਨੂੰ ਯੂਟਿਊਬ 'ਤੇ ਚਾੜਨਾ ਹੈ। ਆ ਸ਼ਾਨ, ਸ਼ਾਨ ਜੀ ਨਾਰਾਜ਼ ਹੋ ਗਿਆ ਅਤੇ ਮੇਰੇ ਚੈਨਲ ਮਾਜ ਟੀਵੀ ਕੋ ਸਬਸਕ੍ਰਾਈਬ ਕਰੀਏ, ਲਾਈਕ ਕਰੀਏ। ਸ਼ਾਨ ਕੀ ਗੱਲ ਹੈ, ਨਾਰਾਜ਼ ਹੋ ਗਿਆ ਯਾਰ, ਤੈਨੂੰ ਖੁਸ਼ ਹੈ ਮੈਂ ਨਾਨ ਟਿੱਕੀ ਕੀ ਹੋ ਗਈ? ਸ਼ਾਨ ਨੂੰ ਅੱਜ ਮੈਂ ਨਾਨ ਟਿੱਕੀ ਖਵਾਉਣੀ, ਸ਼ਾਨ ਨੇ ਮੇਰੇ ਨਾਲ, ਸ਼ਾਨ ਨੇ ਆਖਿਆ ਵੀ ਮੈਨੂੰ ਨਾਨ ਟਿੱਕੀ ਖਵਾ, ਮੈਂ ਖੁਸ਼ ਪੱਠੇ ਵੱਡੇ ਅਤੇ ਮੈਂ ਅੱਜ ਨਾਨ ਟਿੱਕੀ ਬੋਤਲਾਂ ਸਮੋਸੇ ਪਕੌੜੇ। ਸ਼ਾਨ ਨੂੰ ਤੈਨੂੰ ਸਮੋਸੇ ਪਕੌੜੇ ਸਾਲਾ ਕੁਛ ਖੁਸ਼ ਹੈ ਸ਼ਾਨ ਨੂੰ, ਸ਼ਾਨ ਅੱਛਾ ਜੀ। ਸ਼ਾਨ ਮੁੜ ਕੇ ਕੀ ਖਾਣੇ ਦੱਸ, ਚਾ ਮੈਂ ਤੈਨੂੰ ਨਾ ਖਵਾਵਾਂ ਗੱਲ, ਸ਼ਾਨ ਦੱਸੇ ਨਾ ਸ਼ਾਨ ਦੱਸ ਚਾ, ਵੀਡੀਓ ਚਲਦੀ ਪੇਜ ਦੱਸ ਕੀ ਖਾਣਾ ਹੈ, ਆਪਾਂ ਨੈੱਟ 'ਤੇ ਸੁੱਟਣੀ, ਮੈਂ ਖਾ ਚੋਣਾ ਨਹੀਂ ਕੀਤਾ, ਦੱਸ ਚਾ ਕੀ ਖਾਣਾ ਹੈ ਦੱਸ। ਲੈ ਸ਼ਾਨ ਹੱਸਦਾ ਪਿਆ, ਸ਼ਾਨ ਇਹ ਕੀ ਗੱਲ, ਇੱਕ ਅੱਖ ਖੋਲ੍ਹਣਾ ਅਤੇ ਇੱਕ ਬੰਦ ਹੈ, ਕੀ ਗੱਲ? ਸ਼ਾਨ ਮੈਨੂੰ ਅੱਖੀ ਮਾਰਦਾ, ਆਂਦਾ ਤੂੰ ਸੋਹਣਾ ਮੁੰਡਾ, ਅੱਖਾਂ ਮਾਰਦਾ, ਆ ਵੇਖ ਲਾ ਇਹਦੇ ਬਣਾ ਤੂੰ ਵੀਡੀਓ, ਸ਼ਾਨ ਆਈ ਲਵ ਯੂ ਸਬਰ ਤਕਾ, ਸ਼ਾਨ ਹਮ ਸੇ ਬਾਤ ਕਰੋ ਨਾ, ਕੀ ਹੋਈ ਇਧਰ ਚਿਹਰਾ ਕਰੋ ਨਾ, ਸ਼ਾਨ ਦੇਖੋ ਨਾ ਮਾਰੀ ਤਰਫ, ਵੇਖ ਕੀ ਕਰਾਂ, ਸ਼ਾਨ ਕੋ ਸ਼ਰਮ ਆਤੀ ਹੈ, ਸ਼ਾਨ ਸ਼ਾਨ ਦੇਖੋ ਨਾ ਮਾਰੀ ਤਰਫ, ਸ਼ਾਨ ਆਈ ਲਵ ਯੂ ਬੋਲੇ ਕਿ ਸ਼ਾਨ
ਸ਼ਾਨ ਅਲੀ ਸਾਫਾ ਵੱਲੋਂ ਨੇ ਤੇ ਕੌਡੀ ਖੇਡੂ ਨੇ ਸ਼ਾਨ ਅਲੀ ਬਿੱਲਾ ਸ਼ਾਨ ਗਾਣਾ ਸੁਣਾਇਆ ਚੈੱਕ ਕਰੋ ਸ਼ਾਨ ਦਾ ਗਾਣਾ ਹਾਏ ਓਏ ਸ਼ਾਨ ਸ਼ਾਨ ਜਨਾਬ ਤਿਆਰ ਹੋਊਆ ਸ਼ਾਨ ਜੱਗਾ ਬਣ ਗਿਆ ਹੁਣ ਸ਼ਾਨ ਨੇ ਸਾਰੀ ਦੁਨੀਆਂ ਨੂੰ ਵਿਸ਼ਾ ਦੇਣਾ ਕਿਉਂ